SGPC ਵੱਲੋਂ ਕਾਂਗਰਸ ਨਾਲੋਂ ਵੱਖ ਸਮਾਗਮਾਂ ਲਈ ਸਟੇਜ ਦਾ ਟੈਂਡਰ ਦਿੱਲੀ ਦੀ ਕੰਪਨੀ ਨੂੰ ਦੇ ਦਿੱਤਾ ਗਿਆ। ਜਿਸ ਸਬੰਧੀ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਾਂਗਰਸ ਦੇ ਸਮਾਗਮਾਂ ਨੂੰ ਸਿਆਸੀ ਦੱਸਿਆ ਸੀ, ਜਿਸ ਦਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੇ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਇੱਕ ਸੂਝਵਾਨ ਨੇਤਾ ਨੇ ਤੇ ਅਜਿਹਾ ਕਰਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਦੇਖੋ, ਬੀਬੀ ਜਗੀਰ ਕੌਰ ਜੀ ਬੜੇ ਸਿਆਣੇ ਤੇ ਸੁਲਝੇ ਹੋਏ ਲੀਡਰ ਆ ਸਾਡੇ ਜ਼ਿਲ੍ਹੇ ਦੇ। ਉਹਨਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਵੀ ਉਹ ਇਸ ਚੀਜ਼ ਦੀ ਗੱਲ ਕਹਿਣ ਵੀ ਪੰਜਾਬ ਸਰਕਾਰ ਦੀ ਜਿਹੜੀ ਸਟੇਜ ਲੱਗ ਰਹੀ ਆ ਉਹ ਜਿਹੜੀ ਆ ਸਿਆਸੀ ਸਟੇਜ ਹੋਊਗੀ, ਸਿਆਸਤ ਤੋਂ ਪ੍ਰੇਰਿਤ। ਇਹ ਬੀਬੀ ਜਗੀਰ ਕੌਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਸਭ ਤੋਂ ਅੱਜ ਤੋਂ 2 ਮਹੀਨੇ ਪਹਿਲਾਂ ਬਿਲਕੁਲ ਠੀਕ ਚੱਲ ਰਿਹਾ ਸੀ, ਇੱਕ ਸਟੇਜ ਲੱਗ ਰਹੀ ਸੀ, ਪੰਡਾਲ ਲੱਗ ਰਿਹਾ ਸੀ, ਉਹਦੇ ਵਿੱਚ ਇਹ ਸਾਰੇ ਨੂੰ ਸਾਡੇ SGPC ਪ੍ਰਧਾਨ ਸਾਹਿਬ ਨੇ ਵੀ ਉਹ ਚੈੱਕ ਕੀਤਾ, ਸਾਰਾ ਠੀਕ ਸੀ। ਪਰ ਮੈਨੂੰ ਲੱਗਦਾ ਆਪਣੀ ਸਿਆਸਤ ਚਮਕਾਉਣ ਲਈ ਅਕਾਲੀ ਦਲ ਇਹ ਸਾਰਾ ਕੁਛ ਖੇਡ ਖੇਡ ਰਿਹਾ। ਔਰ ਬੀਬੀ ਜੀ ਨੂੰ ਮੈਂ ਇਹ ਵੀ ਪੁੱਛਦਾ ਨਾਲ ਦੀ ਨਾਲ, ਹਮੇਸ਼ਾ ਜਦੋਂ ਫੰਕਸ਼ਨ ਹੁੰਦੇ ਗੁਰਦੁਆਰਾ ਸਾਹਿਬ ਦੇ ਅੰਦਰ ਜਿੰਨੀ ਜਗ੍ਹਾ ਦੀਵਾਨ ਹਾਲ ਜਾਂ ਸਾਰੇ ਉੱਥੇ ਹੋਣਗੇ ਫੰਕਸ਼ਨ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਵੀ ਉਹਨਾਂ ਫੰਕਸ਼ਨਾਂ ਦੇ ਵਿੱਚ ਹਾਜ਼ਰੀ ਭਰਨਗੇ, ਜਾਣਗੇ, ਨਤਮਸਤਕ ਹੋਣਗੇ। ਔਰ ਜਿਹੜੇ ਵੀ ਕਦੀ ਵੀ ਜਿਹੜੇ ਬਾਹਰ ਪ੍ਰੋਗਰਾਮ ਹੋਏ ਆ ਜਿੰਨੇ ਵੀ ਏਰੀਏ ਤੋਂ, ਉਹ ਸਰਕਾਰ ਦੇ ਹੋਏ, ਚਾਹੇ ਅਕਾਲੀ ਦਲ ਦੀ ਸਰਕਾਰ ਵੀ ਹੋਈ ਆ, ਚਾਹੇ ਪੰਜਾਬ ਸਰਕਾਰ ਹੋਈ ਆ ਕਾਂਗਰਸ ਦੀ। ਇਸ ਤੋਂ ਇਲਾਵਾ ਚੀਮਾ ਨੇ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਤੇ ਵੀ ਨਿਸ਼ਾਨੇ ਸਾਧੇ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ, ਦੈਨਿਕ ਸੁਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।